ਬਿਸਮਿਲ੍ਲਾਹਿਰਰਹਮਾਨਿਰਰਹੀਮ ਅੱਲਾਹ ਤਾਲਾ ਦੀ ਰਹਿਮਤ ਕਰਨ ਮੁੜ ਚੁੱਕਾ ਨਾਲ ਅੱਜ ਦਾ ਵਲਾਗ ਕਰਨਾ ਸ਼ੁਰੂ। ਮੈਨੂੰ ਪੂਰੀ ਉਮੀਦ ਹੈ ਤੁਸੀਂ ਠੀਕ ਹੋ, ਅੱਲਾਹ ਤੁਹਾਨੂੰ ਖੁਸ਼ ਰੱਖੇ, ਦੁੱਖ ਦਰਦ ਤਕਲੀਫ ਦੂਰ ਰੱਖੇ ਅਤੇ ਸਾਡੀ ਦੁਆ ਕਿ ਸਾਡੇ ਵੇਖਣ ਜਿਸੇ ਰਹਿਣ ਖੁਸ਼ ਰਹਿਣ। ਇਸੇ ਦੁਆ ਦੇ ਨਾਲ ਅੱਜ ਤੋਂ ਵਲਾਗ ਕਰਨਾ ਸ਼ੁਰੂ ਅਤੇ ਮੈਨੂੰ ਉਮੀਦ ਹੈ ਤੁਸੀਂ ਠੀਕ ਹੋਵੇ। ਅਤੇ ਅੱਜ ਈਦ ਦਾ ਤੀਸਰਾ ਦਿਨ ਹੈ, ਤੁਹਾਨੂੰ ਸਾਰਿਆਂ ਨੂੰ ਗੁਜ਼ਸ਼ਤਾ ਈਦ ਮੁਬਾਰਕ, ਕਿਉਂਕਿ ਪਹਿਲੇ ਦਿਨ ਦੂਜੇ ਦਿਨ ਮੈਂ ਕੋਈ ਵਲਾਗ ਸ਼ਾਰਟ ਨਹੀਂ ਕੀਤਾ ਅਤੇ ਇਸ ਵਾਸਤੇ ਮੈਂ ਅਪਲੋਡ ਵੀ ਨਹੀਂ ਕੀਤਾ। ਅਤੇ ਅੱਜ ਤੀਸਰਾ ਦਿਨ ਹੈ, ਅੱਜ ਮੈਂ ਥੋੜ੍ਹਾ ਆਪਣੇ ਪਿੰਡ ਤੋਂ ਬਾਹਰ ਆਇਆ, ਮਤਲਬ ਆਪਣੇ ਖੇਤ ਜਿੱਧਰ ਸਾਡੇ ਖੇਤ ਨੇ ਨਾ ਉੱਧਰ ਆਇਆ। ਉਹ ਇਸ ਵਾਸਤੇ ਆਇਆ ਕਿ ਅੱਜ ਈਦ ਦਾ ਤੀਸਰਾ ਦਿਨ ਹੈ ਅਤੇ ਅੱਜ ਸਾਡੇ ਪਿੰਡ ਇੱਕ ਛੋਟਾ ਜਿਹਾ ਮੇਲਾ ਹੈ, ਮਤਲਬ ਅਸੀਂ ਆਪੋ ਹੀ ਰੱਖਿਆ ਛੋਟਾ ਜਿਹਾ ਮੇਲਾ ਨਾ। ਅਤੇ ਉਹ ਮੇਲੇ ਦਾ ਨਾਂ ਹੈ, ਅਸੀਂ ਜਿਹੜੇ ਮਤਲਬ ਪੰਜਾਬੀ ਕਲਚਰ 'ਚ ਪਹਿਲਾਂ ਪਹਿਲਾਂ ਬੰਦੇ ਜਿਹੜੇ ਹੁੰਦੇ ਨਾ ਜਵਾਨ, ਜਿਹਨੂੰ ਭਲਵਾਨ ਕਹਿੰਦੇ ਨੇ, ਉਹ ਪਹਿਲਾਂ ਕੋਡੀ ਖੇਡਦੇ ਆ ਇਹ, ਅਤੇ ਉਹ ਜਿਹੜੇ ਵੱਟੇ ਚਾਣੇ ਹੁੰਦੇ ਨੇ, ਬੁੱਧਰ ਚਾਣੇ ਹੁੰਦੇ ਨੇ, ਉਹ ਚਾਹੁੰਦੇ ਸੀ ਪਹਿਲਾਂ। ਅਤੇ ਉਹ ਇਹ ਮੇਲਾ ਅੱਜ ਅਸੀਂ ਰੱਖਿਆ ਬੁੱਧਰ ਚਾਣਾ ਦਾ, ਅਤੇ ਉਹ ਅੱਜ ਮੇਲਾ ਇੱਥੇ ਡੇਰੇ ਦੇ ਬਿਲਕੁਲ ਨਾਲ, ਅਤੇ ਮੈਂ ਆਪਣੇ ਖੇਤਾਂ ਵੱਲ ਆਇਆ। ਮੈਂ ਚਲੋ ਮੈਂ ਤੁਹਾਡੀ ਵੀਡੀਓ ਸ਼ੂਟ ਕਰਨਾ ਅਤੇ ਫਿਰ ਮੈਂ ਆਉਣਾ ਵਾਂ। ਅਤੇ ਉੱਥੇ ਮੇਲਾ ਸ਼ੁਰੂ ਹੋ ਲਿਆ, ਢੋਲ ਵਾਜੇ ਵੀ ਆਏ ਨੇ, ਅਤੇ ਬੁੱਧਰ ਉੱਥੇ ਚੁਕਾਉਣੇ ਨੇ ਬੰਦਿਆਂ ਨੇ, ਬੰਦਿਆਂ ਨੇ ਚੁੱਕਣੇ ਨੇ, ਆਪਣੀ ਜ਼ੋਰ ਅਜ਼ਮਾਈ ਕਰਨੀ ਹੈ। ਅਤੇ ਤੁਸੀਂ ਇਹ ਵੀਡੀਓ ਵੇਖਣਾ ਨਹੀਂ ਭੁੱਲਣਾ, ਕਿਉਂਕਿ ਵੀਡੀਓ ਬੜੀ ਜ਼ਬਰਦਸਤ ਹੋਣ ਵਾਲੀ, ਬੜੀ ਮਜ਼ੇਦਾਰ ਹੋਣ ਵਾਲੀ ਹੈ। ਅਤੇ ਤੁਸੀਂ ਵੀਡੀਓ ਪੂਰੀ ਦੇਖਣੀ ਹੈ, ਤੁਹਾਡੇ ਨਾਲ ਪੂਰੀ ਵੀਡੀਓ ਸ਼ੇਅਰ ਕੀਤੀ ਜਾਏਗੀ। ਮੁਕਾਬਲਾ ਸ਼ੁਰੂ ਹੋਣ ਵਾਲਾ ਪੈਂਦੀ
ਵਾਪਸ ਮੇਲੇ ਦੀ ਅਤੇ ਹੁਣ ਅਗਲਾ ਦਿਨ ਸਟਾਰਟ ਹੈ ਰਾਤ ਦੇ 8 ਵਜੇ ਨੇ ਅਤੇ ਕੱਲ੍ਹ ਮੈਂ ਵਾਪਸ ਆ ਕੇ ਵਲਾਗ ਸ਼ੁਰੂ ਨਹੀਂ ਕੀਤਾ ਦੁਬਾਰਾ, ਮਤਲਬ ਵਲਾਗ ਦਾ ਐਂਡ ਨਹੀਂ ਕੀਤਾ, ਉਹ ਮੈਨੂੰ 2-3 ਕੰਮ ਆ ਇਸ ਵਾਸਤੇ ਮੈਂ ਬਿਜ਼ੀ ਆ ਅਤੇ ਹੁਣ ਅਗਲਾ ਦਿਨ ਸਟਾਰਟ ਹੋ ਗਿਆ, ਪੂਰਾ ਖਤਮ ਹੋ ਗਿਆ ਦਿਨ, ਮਤਲਬ ਰਾਤ ਦੇ 8 ਵਜੇ ਨੇ, ਮੈਂ ਕੰਮ ਕਰਕੇ ਪੂਰੀ ਦਿਹਾੜ ਵਾਪਸ ਆ ਗਿਆ ਅਤੇ ਹੁਣ ਮੈਂ ਚਲੋ ਵਲਾਗ ਦਾ ਐਂਡ ਕਰ ਛੱਡੀਏ, ਨਾਲੇ ਤੁਹਾਨੂੰ ਤੁਹਾਡੇ ਸੱਜਣਾ ਨਾਲ ਸ਼ੇਅਰ ਕਰੀਏ ਕਿ ਕਿਹੜੀ ਟੀਮ ਜਿਹੜੀ ਜਿੱਤੀ ਹੈ ਅਤੇ ਕਿਹੜੀ ਟੀਮ ਜਿਹੜੀ ਆ ਰਹੀ ਹੈ। ਦੋ ਤਿੰਨ ਟੀਮਾਂ ਆਈਆਂ ਆ ਆਸੇ ਪਾਸੇ ਲੋਕਾਂ ਦੀ, ਅਤੇ ਲੇਕਿਨ ਜਿਹੜੀ ਜਿੱਤੀ ਨਾ ਉਹ ਨੂਨਾ ਦੀ ਟੀਮ ਜਿੱਤੀ ਹੈ, ਯਾਨੀ ਕਿ ਸਾਡੇ ਪਿੰਡ ਦੀ ਜਿੱਤੀ ਹੈ। ਆਖਰੀ ਵਜ਼ਨ ਚੁੱਕਿਆ ਗਿਆ ਕਿ 3 ਮਣ 5 ਕਿਲੋ, 3 ਮਣ 5 ਕੇਜੀ ਜਿਹੜਾ ਆਖਰੀ ਵਜ਼ਨ ਆ ਨਾ ਉਹ ਚੁੱਕਿਆ, ਅਤੇ ਉਹ ਚੁੱਕਿਆ ਸਾਡੀ ਟੀਮ ਨੇ, ਸਾਡੇ ਬੰਦੇ ਨੇ, ਸਾਡੀ ਟੀਮ ਦਾ ਇੱਕ ਹੀ ਬੰਦਾ ਆ ਅਤੇ ਉਹਨੇ ਚੁੱਕਿਆ 3 ਮਣ 5 ਕਿਲੋ। ਉਸ ਤੋਂ ਬਾਅਦ ਉਹ ਵਜ਼ਨ ਕਿਸੇ ਨਹੀਂ ਚਾਇਆ, ਮਤਲਬ ਕਿਸੇ ਕੋਲ ਚਾਣ ਹੀ ਨਹੀਂ ਹੋਇਆ, ਦੂਜੀ ਟੀਮਾਂ ਜਿਹੜੇ ਬੰਦੇ ਨੇ ਨਾ ਉਹਨਾਂ ਕੋਲ ਵਜ਼ਨ ਚਾਣ ਹੀ ਨਹੀਂ ਹੋਇਆ। ਇਸ ਵਾਸਤੇ ਸਾਡੀ ਟੀਮ ਜਿੱਤੀ ਹੈ, ਸਾਡਾ ਪਿੰਡ ਜਿੱਤੇ ਹੈ, ਅਤੇ ਇਹ ਤੁਹਾਡੇ ਨਾਲ ਸ਼ੇਅਰ ਕਰਨਾ ਹੈ। ਮਤਲਬ ਆਖਰੀ ਜਿਹੜਾ ਬਲੈਕ ਸ਼ਰਟ ਦਾ ਤੁਸੀਂ ਜਣਾ ਵੇਖਿਆ ਨਾ, ਉਹ ਅਲਹਮਦੁਲਿਲਾ ਸਾਡੇ ਪਿੰਡ ਦਾ, ਅਤੇ ਉਹਨੇ 3 ਮਣ 5 ਕਿਲੋ ਵਜ਼ਨ ਚਾਇਆ। ਦਾਤ ਦੇਣ ਦਾ ਦਿਲ ਕਰਦਾ, ਸਹੀ ਗੱਲ ਹੈ, ਅਤੇ ਉਹਨੇ ਬੜਾ ਵਜ਼ਨ ਚਾਇਆ। ਉਸ ਤੋਂ ਬਾਅਦ ਉਹ ਵਜ਼ਨ ਕਿਸੇ ਨਹੀਂ ਚਾਇਆ, ਅਤੇ ਤੁਹਾਨੂੰ ਦੱਸਣਾ ਹੈ ਕਿ ਸਾਡੀ ਟੀਮ ਜਿੱਤੀ ਹੈ। ਅਤੇ ਇਹ ਛੋਟੀ ਜਿਹੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਤੁਹਾਡੇ ਦੋਸਤਾਂ ਨਾਲ ਸ਼ੇਅਰ ਕੀਤੀ ਹੈ। ਅਗਰ ਤੁਹਾਨੂੰ ਵੀਡੀਓ ਪਸੰਦ ਆਵੇ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ, ਅਤੇ ਮੈਨੂੰ ਉਮੀਦ ਹੈ ਕਿ ਪਸੰਦ ਆਵੇ ਇਹਦੀ। ਅਤੇ ਅਗਰ ਤੁਸੀਂ ਵੀਡੀਓ ਵੇਖ ਰਹੇ ਹੋ, ਅਗਰ ਤੁਹਾਡੇ ਕੋਈ ਦੋਸਤ ਨੇ ਪਰਦੇਸ਼ ਵਿੱਚ, ਆਪਣੀ ਫੈਮਿਲੀ ਮੈਂਬਰ ਨਾਲ ਸ਼ੇਅਰ ਕਰ ਦਿਓ, ਕਿਉਂਕਿ ਉਹ ਐਂ ਦਾ ਸ਼ੁਕਰ ਮੇਰਾ ਵੇਖਣ ਵਾਸਤੇ ਤਰਸਦੇ ਹੁੰਦੇ ਨੇ ਪਏ, ਕਿਉਂਕਿ ਪਰਦੇਸ਼ ਹੀ ਜਾਂਦੇ ਨੇ, ਅਤੇ ਇਸ ਵਾਸਤੇ ਤੁਸੀਂ ਇਹ ਵੀਡੀਓ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਛੱਡੋ, ਅਤੇ ਬੈੱਲ ਆਈਕਨ ਦਾ ਬਟਨ ਦਬਾ ਦਿਓ, ਅਤੇ ਸਬਸਕ੍ਰਾਈਬ ਦਾ ਕੋਈ ਪੈਸਾ ਧੇਲਾ ਨਹੀਂ ਹੈ, ਬੇਸ਼ੱਕ ਤੁਸੀਂ ਬਟਨ ਦਬਾ ਕੇ ਦੇਖ ਲਓ। ਮੇਰਾ ਚੈਨਲ ਇੱਥੇ ਹੋਣਾ, ਸਬਸਕ੍ਰਾਈਬ ਕਰ ਛੱਡੋ, ਅਤੇ ਤੁਹਾਡੀ ਮਿਹਰਬਾਨੀ ਹੋਵੇ ਦੀ, ਅਤੇ ਅਸੀਂ ਤੁਹਾਡੇ ਨਾਲ ਐਂ ਦੀ ਵੀਡੀਓ ਇਨਸ਼ਾਅੱਲਾ ਸ਼ੇਅਰ ਕਰਦੇ ਰਹਾਂਗੇ। ਐਂ ਦਾ ਸਮਝਾ ਦੇਸੀ ਮਾਹੌਲ, ਓਲਡ ਕਲਚਰ, ਵਿਲੇਜ ਲਾਈਫ ਜਿਹਨੂੰ ਕਹਿੰਦੇ ਨੇ, ਓੜੇ ਇਹ ਮੇਲੇ ਹੋ ਗਏ, ਅਤੇ ਐਂ ਦੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਅਤੇ ਤੁਸੀਂ ਆਪਣਾ ਪਿਆਰ ਬਣਾਏ ਰੱਖੋ, ਅਤੇ ਫਿਰ ਮਿਲਾਂ ਇੱਕ ਨਵੀਂ ਵੀਡੀਓ ਨਾਲ, ਤਬ ਤੱਕ ਲਈ ਆਪਣੇ ਬੇਤਮਾਨ ਉਸਮਾਨਿਕ ਜਾਦੀ ਜੀਏ, ਅੱਲਾ ਹਾਫਿਜ਼। ਫਿਰ ਮੈਂ ਕਹਿਣਾ ਵਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅੱਲਾ ਦੁਆ ਦੇ।